ਕਿ ਜਿਹੜਾ ਉਪਜਿਆ ਇੱਕ ਦਿਨ ਵਿਣਸੇਗਾ, ਜਿਹੜਾ ਘੜਿਆ ਇੱਕ ਦਿਨ ਭੱਜੇਗਾ, ਜਿਹੜਾ ਜੰਮਿਆ ਇੱਕ ਦਿਨ ਮਰੇਗਾ। ਭਾਵ ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਨਾ, ਉਹਨੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਪਰਲੋਕ ਗਮਨ ਕਰ ਜਾਣਾ। ਕਿਉਂਕਿ ਤਿੰਨ ਅਵਸਥਾਵਾਂ ਦਾ ਜ਼ਿਕਰ ਕੀਤਾ ਮੇਰੇ ਸਤਿਗੁਰੂ ਜੀ ਮਹਾਰਾਜ ਨੇ ਬਾਣੀ ਦੇ ਅੰਦਰ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ, ਬਚਪਨ ਜਵਾਨੀ ਤੇ ਬੁਢੇਪਾ। ਹੁਣ ਬਚਪਨ ਦੇ ਵਿੱਚ ਬੰਦੇ ਨੂੰ ਆਸੂ ਘਰ ਦੇ ਨਾਲ ਜੁੜੇ ਸਨ ਤੇ ਇਸਤਰੀ ਸੰਸਦ ਸਭਾ ਕਰਤਾਰ ਨਗਰ ਦੇ ਗੁਰਦੁਆਰਾ ਸਿੰਘ ਸਭਾ ਹੈ, ਉੱਥੋਂ ਦੇ ਬੀਬੀਆਂ ਦੇ ਮੈਂਬਰ ਵੀ ਸਨ, ਗੁਰੂ ਘਰ ਦੇ ਨਾਲ ਜੁੜੇ। ਆਪ ਬਾਣੀ ਪੜ੍ਹਨੀ, ਆਪ ਸਹਿਜ ਪਾਠ ਕਰਨਾ, ਕਹਿੰਦੇ ਸਹਿਜ ਪਾਠ ਕੀਤਾ ਸੀ, ਮੱਧ ਦੇ ਵਿੱਚ ਆਇਆ ਸੀ, ਉਸ ਤੋਂ ਬਾਅਦ ਅਕਾਲ ਚਲਾਉਣਾ ਵੀ ਕਰਕੇ, ਕਿਉਂਕਿ ਸੱਦਾ ਆ ਗਿਆ ਪਰਮਾਤਮਾ। ਜਦੋਂ ਪਰਮਾਤਮਾ ਦਾ ਸੱਦਾ ਆਵੇ ਨਾ, ਸਾਰੇ ਸਿੰਘ ਦੀ ਗੁਰਮੁਖ ਪਿਆਰੇ ਲੁੱਡੀਆਂ ਪਾਉਂਦੀਆਂ ਹੋਏ ਜਾਂਦੇ ਨੇ, ਲੁੱਡੀਆਂ ਪਾਉਂਦੇ ਆ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਨਾ, ਯਾਦ ਰੱਖਣਾ, ਬਚਨ ਨੇ ਗੁਰੂ ਅਮਰਦਾਸ ਮਹਾਰਾਜ ਦੇ ਕਲਮ ਬੰਦ ਕੀਤੇ ਨੇ, ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਰਾਮਕਲੀ ਆਪਾਂ ਪੜ੍ਹਦੇ ਹਾਂ ਨਾ, ਜਦੋਂ ਪੁਰਾਣੀ ਚੜ੍ਹਾਈ ਕਰ ਜਾਵੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਂਦਾ, ਪਰ ਰਾਮਕਲੀ ਸੱਤ ਪੜ੍ਹੀ ਜਾਂਦੀ। ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ, ਬਾਬਾ ਸੁੰਦਰ ਜੀ ਦਾ ਨਾਮ ਆਇਆ ਨਾ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਨੇ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਲਮ ਬੰਦ ਕੀਤੇ ਨੇ ਬਾਬਾ ਸੁੰਦਰ ਜੀ। ਜਿਨੇ ਨਾਮ ਤਿਆਇਆ ਸ਼ਕਤ ਨਾਨਕ ਤੇ ਮੁਕਤਿ ਛੁਟੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਜੀ ਤੁਮਰੈ ਸੁਤਰ ਤੁਈ ਸੁਧਿਆ ਕੈ ਅਰਦਾਸ ਮਾਰੀ ਜੀਓ ਬਿੰਦ ਸਭ ਬਹੁਨਾਨਿਤ ਸਭ ਤੇਰੀ ਵਡਿਆਈ ਕੋਈ ਨਾਉ ਰਾਮ ਦੱਸੈ ਵੈਸਾਏ ਅਰਜਨ ਹਰ ਗੋਬਿੰਦ ਨਾ ਸਿਮਰਾ ਸ੍ਰੀ ਅਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਜਿਹਾ ਜਿਹੜੇ ਲਿਖਿਆ ਤੇਵਾ ਹੁਕਮ ਕਮਾਹੇ ਘੱਲਿਆ ਵੈ ਨਾਨਕਾ ਸਦੇ ਉੱਠੀ ਜਾਏ ਦੇ ਮਾਂ ਬਾਪਾਂ ਸਾਰਾ ਜੀ ਦਰਕਰ ਦੇ ਚਰਨ ਸੇਵਕ ਬੀਬੀ ਸਵਰਨਜੀਤ ਕੌਰ ਜੀ ਇਸ ਸੰਸਾਰ ਦੇ ਵਿੱਚ ਆਏ ਜਿੰਨੀ ਕੁਆਈ ਅੱਜ ਨੇ ਬਖਸ਼ਿਸ਼ ਕੀਤੀ ਅੱਜ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆ ਬੀਬੀ ਸਵਰਨਜੀਤ ਕੌਰ ਜੀ ਨੇ ਸੰਸਾਰ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕੀਤਾ। ਉਹਨਾਂ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਸੇਵਕ ਪਰਿਵਾਰ ਵੱਲੋਂ ਗ੍ਰਹਿ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੀ ਸਮਾਪਤੀ ਕਰਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕਿਆ ਹੋਈ ਮਿਲਿਓ ਸੋਈ ਹਰ ਕਾ ਨਾਮ ਨ ਜਪ ਸਗਵਾਰਾ ਮਨ ਮਾਨੇ ਲੋਕ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਇਕੱਤਰ ਹੋਏ ਹਾਂ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸਰਨ ਕੌਰ ਜੀ, ਜੋ ਕਿ ਇਸ ਤਰੀਕੇ ਨਾਲ ਚਲੇ ਗਏ ਕਿ ਗੁਰਬਾਣੀ ਵਿੱਚ ਦਰਜਾ ਫਰੀਦਾ ਦਰਿਆ ਵੇ ਕਿੰਨੇ ਬਗਲਾ ਬੈਠਾ ਕੇਲ ਕਰੇ ਦੇ ਅੰਗ ਨੂੰ
अचिंते बाजपे बाजपे ते सरब दे केला विसरिया जोन चित ना चेते सन सो गाली रखी जिसा तुम पता है इलेक्शन का दौर है असि डोर टू डोर कर रहे हैं सारिंदरजीत सिंह जी गिल साडे नाल ਤੁਹਾਡਾ ਇੱਕ ਇੱਕ ਕਦਮ ਚੱਲ ਗਿਆ ਪਰਿਵਾਰ ਦੇ ਸਿਰ ਮੱਥੇ ਪਰਿਵਾਰ ਤੁਹਾਡਾ ਰਿਣੀ ਰਹੇਗਾ ਤੁਸੀਂ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਲਾ ਕੇ ਦੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਜਿੱਥੇ ਆਪਣੇ ਵੱਲੋਂ ਉੱਥੇ ਸਮੂਹ ਵਾਰਡ ਨੰਬਰ 49 ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਆਇਆਂ ਕਹਿੰਦਾ ਜਿੱਥੇ ਤੁਹਾਨੂੰ ਜੀ ਆਇਆਂ ਕਹਿੰਦਾ ਉੱਥੇ ਧੰਨਵਾਦ ਵੀ ਕਰਦਾ ਇਸ ਕਹਿੰਦੇ ਹੋਏ ਇੱਕ ਵਾਰੀ ਫਿਰ ਸਮੂਹ ਸਾਧ ਸੰਗਤ ਦਾ ਕੋਟਾਂ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਕੀਰਤਨ ਆਰੰਭ ਹੈ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਦਰਬਾਰ ਵਿੱਚ ਬੈਠਣ ਦੀ ਕਿਰਪਾਲਤਾ ਕਰਨ ਦੀ Yeah.
मछली भी छुमने
संबत साहा लिखिया संबत Yeah.
ਕਿ ਜਿਹੜਾ ਉਪਜਿਆ ਇੱਕ ਦਿਨ ਵਿਣਸੇਗਾ, ਜਿਹੜਾ ਘੜਿਆ ਇੱਕ ਦਿਨ ਭੱਜੇਗਾ, ਜਿਹੜਾ ਜੰਮੇ ਇੱਕ ਦਿਨ ਮਰੇਗਾ। ਪਾਪ ਜੋ ਵੀ ਸੰਸਾਰ ਦੇ ਵਿੱਚ ਆਇਆ ਨਾ, ਉਹਨੇ ਸੰਸਾਰ ਤੋਂ ਇੱਕ ਨਾ ਇੱਕ ਦਿਨ ਪਰਲੋਕ ਗਮਨ ਕਰ ਜਾਣਾ। ਕਿਉਂਕਿ ਤਿੰਨ ਅਵਸਥਾਵਾਂ ਦਾ ਜ਼ਿਕਰ ਕੀਤਾ ਮੇਰੇ ਸਤਿਗੁਰੂ ਜੀ ਮਹਾਰਾਜ ਨੇ ਬਾਣੀ ਦੇ ਅੰਦਰ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਂ ਬਚਪਨ ਜਵਾਨੀ ਤੇ ਬੁਢੇਪਾ। ਹੁਣ ਬਚਪਨ ਦੇ ਵਿੱਚ ਬੰਦੇ ਨੂੰ ਆਸ ਹੁੰਦੀ ਹੈ ਕਿ ਮੇਰੇ ਤੇ ਜੇ ਜਵਾਨੀ ਨਹੀਂ ਆਉਣਾ, ਜਵਾਨੀ ਤੋਂ ਬਾਅਦ ਆਸ ਆ ਗਈ ਕਿ ਵਜੇ ਬੁਢੇਪੇ ਨੂੰ ਨਹੀਂ ਆਉਣੀ, ਪਰ ਬੁਢੇਪੇ ਤੋਂ ਬਾਅਦ ਕਾਹਦੀ ਆਸ ਹੈ? ਮੌਤ। ਪਰ ਯਾਦ ਰੱਖਣਾ, ਜਿਹੜੀ ਮੌਤ ਹੈ ਬਚਪਨ ਵਿੱਚ ਵੀ ਆ ਸਕਦੀ ਹੈ, ਜਵਾਨੀ ਦੇ ਵਿੱਚ ਵੀ ਤੇ ਬੁਢੇਪੇ ਦੇ ਵਿੱਚ, ਤਾਂ ਮੌਤ ਨੇ ਫਿਰ ਆਉਣਾ ਹੀ ਆਉਣਾ। ਕਿਉਂਕਿ ਦਿਨ ਦਾ ਦਿਨ ਸਾਡੀ ਉਮਰ ਜਿਵੇਂ ਉਹ ਘਟਦੀ ਜਾ ਰਹੀ, ਦਿਨ ਤੇ ਪੈਰ ਪੈਰ ਤੇ ਘਰੀਆਂ ਆਪ ਕਟੈ ਤਨ ਚੀਜੈ, ਕਾਲ ਹਨੇਰੀ ਫਿਰ ਬਦਜ ਜੋ ਕਉ ਕਵਨ ਵਿਦ ਕੀਜੈ, ਆਉਦ ਕਟੈ ਜਿਨਸ ਰਹਿ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜੇ ਤੇਰੀ ਉਮਰ ਦਿਨ ਬ ਦਿਨ ਘਟਦੀ ਜਾ ਰਹੀ ਹੈ ਨਾ, ਫਿਰ ਕੀ ਕਰਿਆ ਕਰ, ਮਨ ਹੈ ਮੇਰੇ ਮਨਾ, ਗੁਰੂ ਨੂੰ ਮਿਲ ਕੇ ਜੋ ਜੀਵਨ ਦਾ ਕਾਜ ਹੈ ਕਰਨ ਆਇਆ ਨਾ, ਪਰਮੇਸ਼ਵਰ ਪਰਮਾਤਮਾ ਦੇ ਸਿਮਰਨ ਕਰਨ ਦਾ ਕਾਜ, ਉਸ ਕਾਜ ਨੂੰ ਸਫਲਾ ਕਰ ਲੈ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ। ਪਤਾ ਲੱਗਾ ਕਿ ਗੁਰੂ ਘਰ ਦੇ ਨਾਲ ਜੁੜੇ ਸਨ ਤੇ ਇਸਤਰੀ ਸੰਸਦ ਸਭਾ ਕਰਤਾਰ ਨਗਰ ਦੇ ਗੁਰਦੁਆਰਾ ਸਿੰਘ ਸਭਾ ਹੈ, ਉੱਥੋਂ ਦੇ ਬੀਬੀਆਂ ਦੇ ਮੈਂਬਰ ਵੀ ਸਨ, ਗੁਰੂ ਘਰ ਦੇ ਨਾਲ ਜੁੜੇ, ਆਪ ਬਾਣੀ ਪੜ੍ਹਨੀ, ਆਪ ਸਹਿਜ ਪਾਠ ਕਰਨਾ। ਕਹਿੰਦੇ ਸਹਿਜ ਪਾਠ ਕੀਤਾ ਸੀ, ਮੱਧ ਦੇ ਵਿੱਚ ਆਇਆ ਸੀ, ਉਸ ਤੋਂ ਬਾਅਦ ਅਕਾਲ ਚਲਾਣਾ ਵੀ ਕਰਕੇ, ਕਿਉਂਕਿ ਸੱਦਾ ਆ ਗਿਆ ਪਰਮਾਤਮਾ। ਜਦੋਂ ਪਰਮਾਤਮਾ ਦਾ ਸੱਦਾ ਆਵੇ ਨਾ, ਸਾਧ ਸੰਗਤ ਦੀ ਗੁਰਮੁਖ ਪਿਆਰੇ ਲੁੱਡੀਆਂ ਪਾਉਂਦੀਆਂ ਹੋਏ ਜਾਂਦੇ ਨੇ, ਲੁੱਡੀਆਂ ਪਾਉਂਦੇ ਆ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਬਾਣੀ ਚਾਰਨ ਕੀਤੀ ਹੈ ਨਾ, ਯਾਦ ਰੱਖਣਾ ਬਚਨ ਨੇ ਗੁਰੂ ਅਮਰਦਾਸ ਮਹਾਰਾਜ ਦੇ ਕਲਮ ਬੰਦ ਕੀਤੇ ਨੇ, ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਰਾਮ ਕਲੀ ਸਾਹਿਬ। ਆਪਾਂ ਪੜ੍ਹਦੇ ਆ ਨਾ, ਜਦੋਂ ਪੁਰਾਣੀ ਚੜ੍ਹਾਈ ਕਰ ਜਾਵੇ, ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਂਦਾ, ਪੜ੍ਹਾ ਤਾਂ ਰਾਮ ਕਲੀ ਸਾਹਿਬ ਪੜ੍ਹੀ ਜਾਂਦੀ। ਕਹਿ ਸੁੰਦਰ ਸੁਣੋ ਸੰਤੋ ਸਬਜਤ ਪੈਰੀ ਪਾਏ ਜੀ, ਬਾਬਾ ਸੁੰਦਰ ਜੀ ਦਾ ਨਾਮ ਆਇਆ ਨਾ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਰੇ ਨੇ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਲਮ ਬੰਦ ਕੀਤੇ ਨੇ ਬਾਬਾ ਸੁੰਦਰ ਜੀ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਹਫ਼ਤਾ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡਾ ਸਮਾਂ ਆ ਗਿਆ, ਇੱਕ ਹਫ਼ਤੇ ਬਾਅਦ ਇਹਨਾਂ ਨੇ ਸੰਸਾਰ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਹਾਰਾਜ, ਸਤਿਗੁਰ ਮੈਂ ਪਾਇਆ ਪਰਨਾਨਤ ਮਨ ਮੇਰੇ ਦੋਤ ਸਤ ਵਿਸਾ ਸਭਨਾ ਗਨਾ ਸਮਰਤ ਸਵਾਮੀ ਸਤਿਗੁਰ ਮਨ ਵਿਸਾਰੇ ਸਦਾ ਸਿਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਨਕ ਸੱਚੇ ਸਾਹਿਬ ਸ਼ਕਤ ਕਾਰ ਨਾਨਕ ਤੇ ਮੁਖ ਚਲੇ ਤੇ ਛੱਤੇ ਬਿਨੀ ਨਾਮ ਧਿਆਇਆ ਦੇਮ ਸ਼ਕਤ ਕਾਰ ਨਾਨਕ ਤੇ ਮੁਖ ਚਲੇ ਤੇ ਛੱਤੇ ਨਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਠਾਕੁਰ ਹਰੀ ਕੁਮਰੈ ਸੁਤਰ ਤਾਮੀ ਉਦਿਆ ਗੈ ਅਰਦਾਸ ਮਾਰੀ ਜੀਓ ਪਿੰਡ ਸਭ ਵਹਨਾ ਨਿੰਦ ਸਭ ਤੇਰੀ ਵਡਿਆਈ ਕੋਈ ਨਾਉ। ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ ਰਾਮ ਦਸੈ ਵੈਸਾਏ ਅਰਜਨ ਹਰ ਗੋਬਿੰਦ ਨਾ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦਇਆ ਚੋਂ ਆਸਕ ਜਾਂਦੀਆਂ ਜਾਗੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਬਲਾ ਜੀ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਕਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਨੂੰ ਬਿਰਧ ਕੇ ਪੈਰ ਬੰਦ ਕੇ ਦੇਸਰੇ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬਲਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਪ੍ਰਸਾ ਦਾਨ ਦਾਨਾ ਸਰਦਾਨ ਆਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੀ ਸੁਨਾਰ
ਚੁੱਕਿਆ ਝੰਡੇ ਬੰਗੇ ਜਦੋਂ ਜਦਾ ਧਰਮਤਾ ਜੇਕਾਰ ਬੋਲੋ ਜੀ ਆਪ ਜੀ ਦੇ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਰ ਧੰਨ ਸਤਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤਾਂ ਪੰਥ ਨੂੰ ਵਿਛੋੜਿਆ ਗਿਆ ਪੁੰਨੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨੀਆਂ ਦੇ ਨਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਚਵਰੀ ਸ਼ਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਪਾਰ ਪਵਿੱਤਰ ਚਰਨਾ ਤੁਮਨਾ ਚਰਦਾਸ ਬੇਤੇ ਆਪ ਜੀ ਦਾ ਫਰਮਾਨ ਜਿਹਾ ਜਿਹੜੀ ਲਿਖਿਆ ਤੇਵਾ ਹੁਕਮ ਕਮਾਹੇ ਘੱਲਿਆ ਹੈ ਨਾਨਕਾ ਸਦੇ ਉੱਠੀ ਜਾਇ ਦੇ ਮਾਂ ਬਾਪ ਅਨੁਸਾਰ ਆਪ ਜੀ ਦਰਕਰ ਦੇ ਚਰਨ ਸੇਵਕ ਬੀਬੀ ਸਵਰਨਜੀਤ ਕੌਰ ਜੀ ਇਸ ਸੰਸਾਰ ਦੇ ਵਿੱਚ ਆਏ ਜਿੰਨੀ ਕੁਆਈ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਹੁਕਮ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆ ਬੀਬੀ ਸਵਰਨਜੀਤ ਕੌਰ ਜੀ ਨੇ ਸੰਸਾਰ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕੀਤਾ ਉਹਨਾਂ ਦੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆ ਸੇਵਕ ਪਰਿਵਾਰ ਵੱਲੋਂ ਗ੍ਰਹਿ ਵਿਖੇ ਰੱਖੇ ਸ੍ਰੀ ਸਹਿਜ ਪਾਠ ਦੀ ਸਮਾਪਤੀ ਕਰਵਾਏ ਉਪਰੰਤ ਆਪ ਜੀ ਦੀ ਪਾਨ ਪਵਿੱਤਰ ਹਜ਼ੂਰੀ ਦੇ ਅੰਦਰ ਦੀਵਾਨ ਸਦੇ ਸਦੇ ਦੀਵਾਨਾ ਦੇ ਅੰਦਰ ਗੁਰਬਾਣੀ ਦਾ ਸ਼ਬਦ ਕੀਰਤਨ ਤਤਵਾ ਵਿਚਾਰਾ ਅਨੰਦ ਸਾਹਿਬ ਦੇ ਛੇ ਪੌੜੀਆਂ ਦੇ ਗਾਇਨ ਹੋਏ ਬਾਣੀ ਪੜ੍ਹਦਿਆਂ ਗੁਰਬਾਣੀ ਦਾ ਕੀਰਤਨ ਕਰਦਿਆਂ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁਲਾ ਚੁੱਕਾਂ ਦੀ ਕਿਮਾ ਕਰੋ ਕੁਤ ਸ਼ੁੱਧ ਬਾਣੀ ਪੜ੍ਹਦੀ ਸਮਰੱਥਾ ਬਖਸ਼ਿਸ਼ ਕਰਨੀ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਗੁਰਦੁਆਰਾ ਸਾਹਿਬ ਮਨ ਮੁਰਾਦ ਸਾਹਿਬ ਪੱਖੋਵਾਲ ਰੋਡ ਗੁਰਦੁਆਰਾ ਸ਼ਹੀਦਾਂ ਮਾਡਲ ਟਾਊਨ ਬੀਬੀ ਭਾਨੀ ਭਲਾਈ ਕੇਂਦਰ ਆਦਿ ਧਾਰਮਿਕ ਸਥਾਨਾਂ ਦੇ ਵਾਸਤੇ ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਸਫਲੀ ਕਰਦਿਆਂ ਹੋਇਆਂ ਮਾਇਆ ਭੇਟ ਕੀਤੀ ਹੈ ਬੇਅੰਤਰ 10 ਮਿੰਟ ਮਾਇਆ ਹਾਜ਼ਰ ਕੀਤੀ ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ ਘਰ ਬਚ ਵਾਧੇ ਬਖਸ਼ਣੀ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸੇਵਕ ਪਰਿਵਾਰ ਆਪ ਜੀ ਦੀ ਪਾਨ ਪਵਿੱਤਰ ਹਜ਼ੂਰੀ ਦੇ ਅੰਦਰ ਕੜਾ ਪ੍ਰਸ਼ਾਦ ਜੀ ਦੇ ਗਾਜਰ ਕਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਰੋਜੀ ਸਕੇ ਸਵਾਮ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਰੋ ਕਿਰਪਾ ਆਪਣਾ ਇਲਾਹੀ ਫਰਮਾਨ ਬਖਸ਼ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰੋ ਭੁੱਲਾ ਚੁੱਕਾਂ ਦੀ ਕਿਮਾ ਕਰਨੀ ਸੁੱਖ ਹੋਵੇ ਨਾਗ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੌਰਾ ਗਿਆ ਭਈ ਅਕਾਲ ਕੇ ਸਾਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਕਿਆ ਬਣੀਆ ਕਿਆ ਬੁਣੀਆ ਕਿਆ ਵੇਦ ਪੁਰਾਣਾ ਸੁਣੀਆ ਕਿਆ ਪੜ੍ਹੀਆ ਕਿਆ ਦੁਨੀਆ ਕਿਆ ਵੇਦ ਪੁਰਾਣਾ ਸੁਣੀਆ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ ਹਰ ਕਾ ਨਾਮ ਨ ਜਪ ਸਦਵਾਰਾ ਕਿਆ ਸੋਚੈ ਬਾਰੰਬਾਰ ਅੰਧਿਆਰੇ ਦੀਪਕ ਚੜ੍ਹੀਆ ਇੱਕ ਬਸਤ ਅਗੋਚਰ ਲਹੀਆ ਬਸਤ ਅਗੋਚਰ ਪਾਏ ਕਟ ਦੀ ਪਤਰਿਆ ਸਮਾਏ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਭਤੀਜਾ ਨਾ ਭਤੀਜਾ ਤੋ ਕਿਆ ਕੀਜਾ ਜਪ ਜਾਣਿਆ ਤੋ ਮਨ ਮੰਨਿਆ ਮਨ ਮਾਨੇ ਲੋਕ ਨਾ ਭਤੀਜਾ ਨਾ ਭਤੀਜਾ ਤੋ ਕਿਆ ਕੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਰਣਜੀਤ ਕੌਰ ਦੇ ਆਤਮਿਕ ਕਲਿਆਣ ਦੇ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਹੀ ਇਕੱਤਰ ਹੋਏ ਹਾਂ ਪਿਛਲੇ ਦਿਨੀਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਸਵਰਨ ਕੌਰ ਜੀ, ਜੋ ਕਿ ਇਸ ਤਰੀਕੇ ਨਾਲ ਚਲੇ ਗਏ ਕਿ ਗੁਰਬਾਣੀ ਵਿੱਚ ਦਰਜ ਹੈ, ਫਰੀਦਾ ਦਰਿਆਵੇ ਕਿੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਅੰਗ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤੇ ਸਰਬ ਦੇ ਕੇਲਾ ਵਿਸਰੀਆਂ, ਜੋ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬੀ। ਜਿਸ ਤਰ੍ਹਾਂ ਤੁਹਾਨੂੰ ਪਤਾ ਇਲੈਕਸ਼ਨ ਦਾ ਦੌਰ ਹੈ, ਅਸੀਂ ਡੋਰ ਟੂ ਡੋਰ ਕਰ ਰਹੇ ਹਾਂ। ਸਰਿੰਦਰਜੀਤ ਸਿੰਘ ਜੀ ਗਿੱਲ ਸਾਡੇ ਨਾਲ ਸੀ, ਅਸੀਂ ਪੂਰਾ ਜੱਥਾ ਬਣਾ ਕੇ ਚੱਲ ਰਹੇ ਸੀ। ਆਪ ਬਾਹਰ ਆਏ, ਕਹਿੰਦੇ ਨੇ ਤਾਂ ਵੋਟਾਂ ਤੁਹਾਡੀਆਂ ਨੇ, ਮੈਂ ਸਰਦਾਰ ਜੀ ਨੂੰ ਭੇਜਦੀ। ਫਿਰ ਸਰਸੁਜੀਤ ਸਿੰਘ ਜੀ ਵੀ ਆਏ, ਪਰਿਵਾਰਿਕ ਸਾਂਝ ਹੈ। ਤਾਂ ਜਦ ਤੱਕ ਤੁਸੀਂ ਸਾਰੇ ਗੁਰਬਾਣੀ ਨੂੰ ਮੰਨਣ ਬੈਠੇ ਹੋ, ਸਾਰਿਆਂ ਦੇ ਸੂਝਵਾਨ ਹੋ, ਸਪਸ਼ਟ ਦਰਜਾ ਗੁਰਬਾਣੀ ਦੇ ਵਿੱਚ ਮਰਨ ਲਿਖਾਈ ਮੰਡਲ ਵੀ ਆਏ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਇਆ, ਜੋ ਆਇਆ ਉਹਨੇ ਜਾਣਾ। ਇੱਥੇ ਆ ਕੇ ਇੱਕ ਤਾਂ ਇਹ ਟਾਈਮ ਇਹੋ ਜਿਹਾ ਹੁੰਦਾ ਕਿ ਨਿਗਾਹ ਮਾਰੀ ਜਾਵੇ ਉਸ ਵਿਚਲੀ ਨੂੰ, ਉਹਨੇ ਕਿਸ ਤਰੀਕੇ ਨਾਲ ਆਪਦੇ ਸਵਾਸਾ ਰੂਪੀ ਪੂੰਜੀ ਨੂੰ ਖਰਚ ਕੀਤਾ। ਅਤੇ ਇੱਕ ਦੋ ਗੱਲਾਂ ਪਰਿਵਾਰਿਕ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿ ਅਜੇ ਕਬੀਲਦਾਰੀ ਨਜਿੱਠਣੀ ਉਹਨਾਂ ਦੀ ਰਹਿੰਦੀ ਸੀ। ਬਹੁਤ ਵੱਡੀ ਸੱਟ ਹੈ ਪਰਿਵਾਰ ਨੂੰ, ਪਰ ਜਿਸਾ ਕੁਰਸਾ ਨਾ ਹੀ ਚਾਰਾ ਸਭ ਕੋ ਕੀ ਜਾ ਸਦ ਨਮਸਕਾਰਾ। ਕੋਈ ਗੁਰੂ ਅੱਗੇ ਕਿਸੇ ਦੀ ਕੋਈ ਚੱਲਦੀ ਨਹੀਂ। ਬਾਕੀ ਉਹਨਾਂ ਦੀ ਆਪਦੀ ਲਾਈਫ ਜਦੋਂ ਦੇ ਇੱਥੇ ਆਏ ਨੇ ਆਤਮਨਗਰ ਐਕਸਟੈਂਸ਼ਨ ਦੇ ਵਿੱਚ, ਇਸ ਪਰਿਵਾਰ ਨੇ ਮੇਰਾ ਮੂਮਨ ਕੰਮ ਮੰਗਦਿਆਂ ਜਾਂ ਗੁਰੂ ਘਰ ਦਾ ਆਹ ਬਣਾਉਣਾ ਜੀ, ਜਿੱਥੇ ਜਿੱਥੋਂ ਆ ਸੀ ਜਦੋਂ ਵੀ ਗਿਆ, ਕਦੇ ਵੀ ਇਹਨਾਂ ਨੇ ਮੱਥੇ ਵੱਟ ਨਹੀਂ ਪਾਏ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਨੇ ਜੀ, ਮੈਨੂੰ ਉਹਨਾਂ ਦੀ ਪਸੰਦ ਸੀ, ਗੁਰੂ ਘਰ ਜਾਂਦੇ ਸੀ ਤਾਂ ਇਹਨਾਂ ਨੂੰ ਜਦੋਂ ਕੋਈ ਕਮੀ ਪੇਸ਼ੀ ਵੇਖਣੀ ਮੈਨੂੰ ਡਾਇਰੈਕਟ ਨਹੀਂ ਸੀ ਕਹਿੰਦੇ। ਇਹਨਾਂ ਦਾ ਬਹੁਤ ਪਿਆਰ ਸੀ ਬੀਬੀ ਸਰਬਜੀਤ ਕੌਰ ਗਿੱਲ ਨਾਲ, ਉਹਨਾਂ ਨੂੰ ਕਹਿਣਾ। ਉਹ ਮੇਰੀ ਭੈਣ ਨੇ ਜੇ ਕੋਈ ਛੋਟੀ ਗੱਲ ਹੋਈ ਆਰਾਮ ਨਾਲ ਕਹਿੰਦੀ, ਮੇਰੇ ਕੰਨ ਵੀ ਮਰੋੜ ਦੇਣੇ। ਵੀਰ ਜੀ ਭੈਣ ਜੀ ਆਏ ਕਹਿੰਦੇ ਸੀ ਇਹ ਕੰਮ ਉੱਥੇ ਹੈ ਨਹੀਂ, ਇਹ ਠੀਕ ਕਰਾਓ। ਤਾਂ ਬਹੁਤ ਘੱਟ ਸੱਜਣ ਹੁੰਦੇ ਨੇ ਜਿਹੜੇ ਕੋਈ ਕਮੀ ਵੇਖ ਕੇ ਉਹਨੂੰ ਸੁਧਾਰਨ ਵਾਸਤੇ ਵੀ ਅੱਗੋਂ ਕਹਿ ਦਿੰਦੇ ਨੇ। ਸਾਡੇ ਤਾਂ ਬਹੁਤ ਸਤਿਕਾਰਯੋਗ ਸੀ, ਬਹੁਤ ਜ਼ਿਆਦਾ ਇਸ ਗੱਲ ਦਾ ਕਿ ਅਜੇ ਕਬੀਲਦਾਰੀ ਨਹੀਂ ਜਿੱਠਣੀ ਸੀ। ਕਬੀਲਦਾਰ ਸਤਿਕਾਰ ਹੈ ਸਮਾਜ ਦੇ ਵਿੱਚ, ਇਲਾਕੇ ਵਿੱਚ, ਵੈਸੇ ਪੂਰੇ ਸ਼ਹਿਰ 'ਚ ਇਹਨਾਂ ਦੀ ਜੋ ਨੇਕ ਨੀਤੀ ਅਤੇ ਬਹੁਤ ਜ਼ਿਆਦਾ ਸ਼ਰੀਫ ਇਨਸਾਨ ਵਜੋਂ ਹੈ। ਪਰ ਗੱਲ ਅਖੀਰ 'ਤੇ ਹੀ ਆ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਅੱਗੇ ਬੇਨਤੀ ਇਹੀ ਕਰਨੀ ਹੈ। ਸਰਿੰਦਰਜੀਤ ਸਿੰਘ ਗਿੱਲ ਵੀ ਆਏ ਨੇ, ਬੀਬੀ ਸਰਬਜੀਤ ਕੌਰ ਗਿੱਲ ਵੀ ਆਏ ਨੇ, ਪਰ ਮੈਨੂੰ ਹੁਕਮ ਹੈ ਟਾਈਮ ਦੀ ਕਮੀ ਹੈ, ਇਹਨਾਂ ਦੀ ਹਾਜ਼ਰੀ ਲਵਾ ਦੇਣੀ ਹੈ। ਬਸ ਆਪਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਕਰਤਾਰ ਨਗਰ, ਜਿੱਥੋਂ ਦੇ ਚੇਅਰਮੈਨ ਨੇ ਸਰਿੰਦਰਜੀਤ ਸਿੰਘ ਜੀ ਗਿੱਲ, ਸਾਰਿਆਂ ਵੱਲੋਂ ਅਸੀਂ ਬੇਨਤੀ ਅਤੇ ਹੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਉਹ ਪਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ। ਤਾਂ ਸਰਿੰਦਰ ਸਿੰਘ ਗਿੱਲ ਨੂੰ ਹੁਕਮ ਹੋਇਆ ਸੀ ਕਿ ਤੁਸੀਂ ਕਹੋ, ਉਹਨਾਂ ਨੇ ਕਹਿੰਦੇ ਟਾਈਮ ਘੱਟ ਹੈ, ਤੁਸੀਂ ਕਹਿ ਦਿਓ। ਜਿੰਨੇ ਸੱਜਣ ਮਿੱਤਰ ਰਿਸ਼ਤੇਦਾਰ ਨੇੜੇ ਦੂਰੋਂ ਜਿਨ੍ਹਾਂ ਨੇ ਇੱਕ ਉੱਦਮ ਕਰਕੇ ਸਾਰੇ ਆਏ ਸੱਜਣਾਂ ਦਾ, ਤੁਹਾਡਾ ਇੱਕ ਇੱਕ ਕਦਮ ਚੱਲ ਗਿਆ ਪਰਿਵਾਰ ਦੇ ਸਿਰ ਮੱਥੇ, ਪਰਿਵਾਰ ਤੁਹਾਡਾ ਰਿਣੀ ਰਹੇਗਾ। ਤੁਸੀਂ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ ਲਾ ਕੇ ਦੁੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਜਿੱਥੇ ਆਪਣੇ ਵੱਲੋਂ ਉੱਥੇ ਸਮੂਹ ਵਾਰਡ ਨੰਬਰ 49 ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਆਇਆ ਕਹਿੰਦਾ, ਜਿੱਥੇ ਤੁਹਾਨੂੰ ਜੀ ਆਇਆ ਕਹਿਣਾ, ਉੱਥੇ ਧੰਨਵਾਦ ਵੀ ਕਰਦਾ ਅਤੇ ਬੇਨਤੀ ਕਰਦਾ ਕਿ ਬਾਅਦ ਲੰਗਰ ਚੱਲ ਰਿਹਾ ਹੈ, ਜਿਹਦੇ ਸੱਜਣਾਂ ਨੇ ਲੰਗਰ ਨਹੀਂ ਛਕਿਆ ਲੰਗਰ ਛੱਕ ਕੇ ਜਾਣ, ਇਹਨਾਂ ਨੇ ਲੰਗਰ ਛੱਕ ਲਿਆ ਦੇਖ ਲੈਣ, ਉਪਰੰਤ ਚਾਹ ਦਾ ਲੰਗਰ ਜ਼ਰੂਰ ਛੱਕ ਕੇ ਜਾਣ। ਇਸ ਤਰ੍ਹਾਂ ਕਹਿੰਦੇ ਹੋਏ ਇੱਕ ਵਾਰੀ ਫਿਰ ਸਮੂਹ ਸਾਧ ਸੰਗਤ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।